ਵਿਦਿਆਰਥੀਓ ਆਪ ਸਭ ਨੂੰ ਪਤਾ ਹੀ ਹੈ ਕਿ ਪੇਪਰ ਪੋਸਟਪੋਨ ਹੋ ਚੁੱਕੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪੇਪਰ ਜਿਹੜੇ ਨੇ ਜਿਹੜੇ 14 ਤਰੀਕ ਤੋਂ ਸਟਾਰਟ ਹੋ ਰਹੇ ਹਨ, ਹਾਲ ਦੀ ਘੜੀ ਉਹ ਸਾਰੇ ਮੁਲਤਵੀ ਕਰ ਦਿੱਤੇ ਹਨ। ਵਿਦਿਆਰਥੀਆਂ ਵੱਲੋਂ ਇੱਕ ਮੰਗ ਉੱਠ ਰਹੀ ਸੀ ਕਿ ਪੇਪਰ ਜਿਹੜੇ ਆਨਲਾਈਨ ਹੋਣੇ ਚਾਹੀਦੇ ਹਨ। ਉਸ ਦੇ ਲਈ ਉਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਕਾਰਨ ਦੱਸੇ ਹਨ, ਜਿਵੇਂ ਕਿ ਸਾਡਾ ਸਿਲੇਬਸ ਕੰਪਲੀਟ ਨਹੀਂ ਹੋਇਆ, ਅਧਿਆਪਕ ਸਾਹਿਬਾਨ ਸਟ੍ਰਾਈਕ ਦੇ ਉੱਪਰ ਸਨ, ਔਰ ਕੋਰੋਨਾ ਦੇ ਕੇਸ ਵੀ ਵੱਧ ਰਹੇ ਹਨ। ਹੁਣ ਜਿਹੜਾ ਲੇਟੈਸਟ ਇਨਫੋਰਮੇਸ਼ਨ ਅਪਡੇਟ ਕਿ ਟੀਚਰ ਸਟ੍ਰਾਈਕ 'ਤੇ ਹਨ, ਇਸ ਤੋਂ ਬਾਅਦ ਹੁਣ ਯੂਨੀਵਰਸਿਟੀ ਦੇ ਜਿਹੜੇ ਟੀਚਰਸ ਨੇ ਉਹ ਵੀ ਸਟ੍ਰਾਈਕ ਦੇ ਉੱਪਰ ਚਲੇ ਗਏ ਹਨ। ਸਕਰੀਨ ਦੇ ਉੱਪਰ ਤੁਸੀਂ ਦੋਨੋਂ ਯੂਨੀਵਰਸਿਟੀਆਂ ਦਾ ਨੋਟਿਸ ਦੇਖ ਰਹੇ ਹੋ। ਸੋ ਇਹ ਕੋਈ ਛੋਟਾ ਮੋਟਾ ਮਸਲਾ ਨਹੀਂ ਹੈ, ਸਾਰੇ ਅਧਿਆਪਕ ਸਾਹਿਬਾਨ ਜਿਹੜੇ ਨੇ ਉਹ ਇਸ ਰੀਜ਼ਨ ਕਰਕੇ ਸਟ੍ਰਾਈਕ ਦੇ ਉੱਪਰ ਗਏ ਹਨ। ਔਰ ਇਸ ਤੋਂ ਬਾਅਦ ਇਹਨਾਂ ਨੇ ਇਹ ਵੀ ਲਿਖਿਆ ਕਿ ਵਿੰਟਰ ਵੀਕੇਸ਼ਨ ਦੇ ਵਿੱਚ ਪੇਪਰ ਨਾ ਲਏ ਜਾਣ। ਮੋਸਟ ਪ੍ਰੋਬਬਲੀ ਜੇ ਇੱਕ ਹਫ਼ਤੇ ਦੇ ਵਿੱਚ ਇਹ ਡਿਸੀਜ਼ਨ ਨਹੀਂ ਹੁੰਦਾ ਸਟ੍ਰਾਈਕ ਦੇ ਉੱਪਰ, ਕਿਉਂਕਿ ਪੇ ਕਮਿਸ਼ਨ ਤੋਂ ਡੀਲਿੰਕ ਹੋਣਾ, ਉਸ ਨੂੰ ਦੁਬਾਰਾ ਲਿੰਕ ਕਰਨਾ ਬਹੁਤ ਵੱਡਾ ਪ੍ਰੋਸੈਸ ਹੈ, ਇੱਕ ਲੰਬਾ ਪ੍ਰੋਸੈਸ ਹੈ। ਜੇ ਇਸ ਹਫ਼ਤੇ ਦੇ ਅੰਦਰ ਅੰਦਰ ਕੋਈ ਡਿਸੀਜ਼ਨ ਨਹੀਂ ਆਇਆ ਸਟ੍ਰਾਈਕ ਦੇ ਰੀਜ਼ਨ ਕਰਕੇ, ਤਾਂ ਜਿਹੜੇ ਪੇਪਰ ਨੇ ਉਹ ਜਨਵਰੀ ਹੋ ਸਕਦੇ ਹਨ। ਸੋ ਹੁਣ ਵੱਡਾ ਸਵਾਲ ਇਹ ਹੈ ਕਿ ਆਨਲਾਈਨ ਪੇਪਰ ਹੋ ਸਕਦੇ ਹਨ ਕਿ ਨਹੀਂ ਹੋ ਸਕਦੇ। ਸੋ ਵਿਦਿਆਰਥੀਓ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜੇ ਇਸ ਤਰੀਕੇ ਨਾਲ ਸਟ੍ਰਾਈਕ ਚੱਲਦੀ ਰਹੀ, ਸਟ੍ਰਾਈਕ ਲੰਬੀ ਚਲੀ ਗਈ, ਤਾਂ ਯੂਨੀਵਰਸਿਟੀ ਕੋਲ ਬਹੁਤ ਘੱਟ ਟਾਈਮ ਰਹਿ ਜਾਏਗਾ ਜਿਸ ਦੇ ਵਿੱਚ ਉਹ ਆਫਲਾਈਨ ਪੇਪਰ ਕੰਡਕਟ ਕਰਾਵੇ। ਸੋ ਸਾਰਾ ਦਾਰਮਦਾਰ ਹੁਣ ਟੀਚਰ ਸਾਹਿਬਾਨਾਂ ਦੀ ਸਟ੍ਰਾਈਕ ਦੇ ਉੱਪਰ ਡਿਪੈਂਡ ਹੈ। ਜੇ ਲੰਬੀ ਚਲੀ ਗਈ ਸਟ੍ਰਾਈਕ ਤਾਂ ਪੇਪਰ ਆਨਲਾਈਨ ਵੀ ਪੋਸੀਬਲ ਹੋ ਸਕਦੇ ਹਨ, ਕਿਉਂਕਿ ਪਿੱਛੇ ਯੂਨੀਵਰਸਿਟੀ ਕੋਲ ਬਹੁਤ ਘੱਟ ਟਾਈਮ ਰਹਿ ਜਾਏਗਾ ਸਾਰਾ ਪੇਪਰ ਕੰਡਕਟ ਕਰਾਉਣ ਲਈ, ਕਿਉਂਕਿ ਅਗਲਾ ਸੈਸ਼ਨ ਜਿਹੜਾ ਉਹ ਜਨਵਰੀ ਦੇ ਵਿੱਚ ਸਟਾਰਟ ਹੋ ਜਾਂਦਾ ਹੈ। ਜਿੰਨੇ ਪੇਪਰ ਡਿਲੇ ਹੋਣਗੇ ਉਨੇ ਹੀ ਅਗਲਾ ਸੈਸ਼ਨ ਵੀ ਡਿਲੇ ਹੋ ਜਾਵੇਗਾ। ਫਿਲਹਾਲ ਕੜੀ ਦੇ ਵਿੱਚ ਕੋਈ ਵੀ ਗਲਤ ਫਹਿਮੀ ਨਾ ਰੱਖਦੇ ਹੋਏ ਤੁਸੀਂ ਆਪਣੇ ਪੇਪਰਾਂ ਦੀ ਤਿਆਰੀ ਕਰੋ। ਪੇਪਰ ਆਫਲਾਈਨ ਹੋ ਸਕਦੇ ਹਨ, ਕਿਉਂਕਿ ਯੂਨੀਵਰਸਿਟੀ ਸਾਹਿਬਾਨਾਂ ਦੇ ਜਿਹੜੇ VC ਸਰ ਨੇ ਜਾਂ ਪ੍ਰੀਖਿਆਵਾਂ ਕੰਟਰੋਲਰ ਹਨ, ਉਹਨਾਂ ਨੇ ਸਾਫ਼ ਸਾਫ਼ ਕਹਿ ਦਿੱਤਾ ਹੈ ਕਿ ਆਫਲਾਈਨ ਹੋ ਸਕਦੇ ਹਨ, ਪਰ ਸਮੇਂ ਦੇ ਹਿਸਾਬ ਨਾਲ ਕੁਛ ਵੀ ਚੇਂਜ ਹੋ ਸਕਦਾ ਹੈ। ਸੋ ਸਮੇਂ ਦੀ ਵੇਟ ਕਰੋ। ਜੋ ਵੀ ਲੇਟੈਸਟ ਅਪਡੇਟ ਇਸ ਟੋਪਿਕ ਦੇ ਉੱਪਰ ਨਿਕਲ ਕੇ ਆਏਗੀ, ਮੈਂ ਤੁਹਾਨੂੰ ਵੀਡੀਓ ਅਪਡੇਟ ਕਰ ਦੇਵਾਂਗਾ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ।